Hayır bak yazdım ben duvara kim kaldı. Bismillahirrahmanirrahim. ਮੇਰੀ ਨਜ਼ਰ ਦੇ ਵਿੱਚ ਜੋ ਫਿਊਰ ਕ੍ਰਿਕਟ ਕਲੱਬ ਨੂੰ ਮੈਂ ਲਾਸਟ ਮੈਚ ਦੇ ਵਿੱਚ ਦੇਖਿਆ ਸੀ ਉਹਦੇ ਨਾਲ ਬਹੁਤ ਜ਼ਿਆਦਾ ਡਿਫਰੈਂਟ ਟੀਮ ਨਜ਼ਰ ਆਈ ਹੈ ਕਾਫੀ ਸਾਨੂੰ ਹਾਰਡ ਵਰਕ ਕਰਨਾ ਪਿਆ ਇਸ ਮੈਚ ਨੂੰ ਜਿੱਤਣ ਵਾਸਤੇ ਇਹਦੇ 'ਚ ਸਪੈਸ਼ਲੀ ਜਿਹੜੇ ਮੈਂ ਗੋਡਿਕ ਟੀਮ ਵਰਕ ਤੁਹਾਡਾ ਬਹੁਤ ਜ਼ਿਆਦਾ ਖਾਸ ਕਰਕੇ ਮੇਰੇ ਦੋਸਤ ਅਮਰਤ ਦੀ ਬੜੀ ਕਲਾਸ ਇਨਿੰਗਸ ਅਤੇ ਤੁਹਾਡੇ ਖਾਸ ਕਰਕੇ ਜਿਹੜੇ 3-4 ਛੱਕੇ ਸੀ ਉਹ ਕਲਾਸ ਦੇ ਸੀ ਭਾਈ ਇਹਦੇ ਵਿੱਚ ਬੜਾ ਹੀ ਭੈੜਾ ਹੋਏਗਾ ਜੇ ਰਾਜ ਬਾਈ ਦੀ ਤਾਰੀਫ ਨਾ ਕਰਾਂ ਜਿਨ੍ਹਾਂ ਨੇ ਨੋ ਡਾਊਟ ਬਹੁਤ ਕਲਾਸ ਹੀ ਬੋਲ ਕੀਤੀ ਹੈ ਬਹੁਤ ਕਲਾਸ ਹੀ ਬੋਲਿੰਗ ਕੀਤੀ ਹੈ ਅਤੇ ਮੈਚ ਬਹੁਤ ਅੱਛਾ ਹੋਇਆ ਉਹੀ ਮੈਂ ਲਾਸਟ ਤੁਹਾਨੂੰ ਮਿਲਣ ਲੱਗੇ ਕਹਿ ਰਿਹਾ ਸੀ ਕਿ ਮੈਨੂੰ ਸਮਝ ਨਹੀਂ ਆਇਆ ਕਿ ਤੁਸੀਂ ਇੰਨੇ ਮੈਚ ਕਿਉਂ ਹਾਰ ਗਏ ਸਮਝ ਇਹ ਫਿਊਰ ਦਾ ਟ੍ਰੈਂਡ ਹੈ ਅਸੀਂ ਪਹਿਲਾਂ ਬਹੁਤ ਮੈਚ ਹਾਰਦੇ ਹਾਂ ਫਿਰ ਥੋੜ੍ਹੇ ਦਿਨ ਮੈਚ ਜਿੱਤਦੇ ਹਾਂ ਫਿਰ ਹਾਰ ਜਾਂਦੇ ਹਾਂ ਬਟ ਤੁਹਾਨੂੰ ਕੀ ਲੱਗਦਾ ਵਾਟ ਵਾਸ ਦਾ ਡਿਫਰੈਂਸ ਬਿਟਵੀਨ ਯੋਰ ਟੀਮ ਐਂਡ ਆਰ ਟੀਮ ਸੋ ਇਹ ਸਿਰਫ ਲਿਟਲ ਬਿਟ ਐਕਸਪੀਰੀਅੰਸ ਜੋ ਨਾ ਤਜਰਬਾ ਮੇਰੀ ਨਜ਼ਰ ਸੇ ਉਹ ਥੋੜਾ ਸਾ ਕਮ ਹੈ ਜਹਾਂ ਪੇ ਆਪਕੀ ਵਿਕਟੇ ਇਤਨੀ ਅੱਛੀ ਪਾਰਟਨਰਸ਼ਿਪ ਲੱਗ ਗਈ ਥੀ ਨਾ ਵਹਾਂ ਏਕ ਪਲੇਅਰ ਕੋ ਲਾਜ਼ਮੀ ਉਧਰ ਖੜਾ ਹੋਣਾ ਚਾਹੀਏ ਥਾ ਆਪਕੋ ਖੜੇ ਹੋ ਜਾਣਾ ਚਾਹੀਏ ਥਾ ਜਬ ਉਹ ਆਊਟ ਹੋਇਆ ਅੰਮ੍ਰਿਤ ਆਊਟ ਹੋਇਆ ਤਾਂ ਕਿ ਆਪ ਟੀਮ ਕੋ ਪੂਰਾ ਸਾਥ ਲੈ ਕੇ ਚੱਲ ਤੋ ਵਹਾਂ ਪੇ ਜਬ ਆਪਕੀ ਵਿਕਟ ਥਰੋ ਹੋ ਗਈ ਹੈ ਕਿਉਂਕਿ ਮਲੀ ਸਾਹਿਬ ਵੀ ਮਾਰੇ ਥੇ ਆਪ ਵੀ ਮਾਰਨੇ ਕੇ ਮੂਡ ਮੇ ਥੇ ਤੋ ਹਮਾਰਾ ਸੈਂਸ ਥਾ ਕਿ ਯੇ ਅਗਰ ਵਿਕਟ ਜੋ ਹੈ ਨਾ ਇਸਕੋ ਹਮਨੇ ਬ੍ਰੇਕ ਕਰ ਲਿਆ ਤੋ ਇਨਸ਼ਾਅੱਲਾ ਮੈਚ ਹਮਾਰਾ ਹੋ ਜਾਏਗਾ ਤੋ ਉਹ ਹੀ ਹੈ ਕਿ ਚੇਂਜ ਸਿਰਫ ਉਸ ਵਕਤ ਆਇਆ ਕਿ ਜਬ ਆਪਨੇ ਵਿਕਟ ਆਪਣੀ ਥਰੋ ਕੀ ਹੈ ਅਗਰ ਆਪ ਸਟਿਲ ਉਧਰ ਕੰਟੀਨਿਊ ਰਹਤੇ ਰਨਜ਼ੇ ਬੰਦ ਵੀ ਗਈ ਹੁੰਦੀ ਉਸ ਓਵਰ ਮੇ ਅਗਰ ਸਿੱਧਾ ਖੇਲ ਜਾਤੇ ਤੋ ਆਪਕੀ ਟੀਮ ਜੀਤ ਜਾਤੀ ਜਾਣ ਤੋਂ ਵਾਲਾ ਜੇ ਇਹ ਕਹਿ ਦੋ ਕਿ ਸਿਰਫ ਮੇਰੀ ਗਲਤੀ ਨਹੀਂ ਕਿ ਮੈਚ ਹਾਰਨ ਤੇ ਸਾਡੇ ਲਈ ਵਧੀਆ ਰਹੂਗੀ ਜੀਤ ਦੀ ਆਲਵੇਜ਼ ਜੀਤ ਦੀ ਆਲਵੇਜ਼ ਗਲਤੀ ਨਹੀਂ ਹੁੰਦੀ ਕਿਉਂਕਿ ਕਪਤਾਨ ਆਲਵੇਜ਼ ਜਿਹੜਾ ਨਾ ਉਹਨੂੰ ਬਾਕੀਆਂ ਗਲਤੀਆਂ ਬਰਦਾਸ਼ਤ ਕਰਨੀਆਂ ਪੈਣੀਆਂ ਨੇ ਬਾਕੀ ਮੈਂ ਨਾ ਅੱਜ ਸਚਿਨ ਤੰਦੁਲਕਰ ਫੀਲ ਕਰ ਰਿਹਾ ਸੀ ਕਿਉਂਕਿ ਨਾ ਮੇਰੀ ਫੈਮਿਲੀ ਇੱਥੇ ਬੈਠੀ ਸੀ ਤੇ ਮਤਲਬ ਮੈਂ ਹੁਣ ਫਿਰ ਇੰਨਾ ਪ੍ਰੈਸ਼ਰ ਮੇਰੀ ਭਾਬੀ ਤੇ ਮੇਰਾ ਭਤੀਜਾ ਇੱਥੇ ਆਇਆ ਤੇ ਇਹਨੂੰ ਮੈਂ ਕਿਹਾ ਵੇ ਕਿ ਇੱਜ਼ਤ ਦੇ ਜੇ ਤੂੰ ਚਲਾ ਜਾ ਤੂੰ ਸਵੇਰ ਮੈਨੂੰ ਕਹਿ ਦੇ ਮੈਂ ਬਾਹਰ ਚਲਾ ਗਿਆ ਸੀ ਲੇਕਿਨ ਇਹ ਭਤੀਜੇ ਨੂੰ ਵੇ ਕੇ ਹੋਰ ਮੈਨੂੰ ਮਾਰਨ ਲੱਗ ਗਿਆ ਤੇ ਇਸ ਵਾਸਤੇ ਇਹਨੂੰ ਤਾਂ ਅੱਜ ਰੋਟੀ ਨਹੀਂ ਦੇਣੀ ਸ਼ਾਮ ਦੀ ਥੈਂਕ ਯੂ ਯਾਰ ਬਹੁਤ ਅਲੱਗ ਕਸਮ ਬਹੁਤ ਗੁੱਡ ਮੈਨ ਥੈਂਕ ਯੂ ਥੈਂਕ ਯੂ ਚਲੋ ਯਾਰ ਬੋਲ